ਹਟਾਈ ਕਰੋਨਾ ਪੋਜ਼ਿਟਿਵ। ਗਰਾਇਆਂ ਦੇ ਪਤੀ ਮੰਗਾ ਵਿਖੇ ਇੱਕ 33-34 ਸਾਲਾਂ ਦੀ ਔਰਤ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਉਣ ਨਾਲ ਇਲਾਕੇ ਭਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਹੈ ਕਿ ਮੀਨਾ ਗੁਪਤਾ ਨਾਮ ਦੀ ਔਰਤ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ, ਜਿਸ ਨੂੰ ਇਲਾਜ ਵਾਸਤੇ ਜਲੰਧਰ ਹਸਪਤਾਲ ਭੇਜ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਮੀਨਾ ਗੁਪਤਾ ਦੇ ਪਤੀ ਦਾ ਵੀ ਟੈਸਟ ਕੀਤਾ ਗਿਆ ਹੈ, ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੂਰੇ ਮੁਹੱਲੇ ਦਾ ਸਰਵੇ ਕੀਤਾ ਜਾਵੇਗਾ, ਜਿਸ ਕਿਸੇ ਵਿੱਚ ਵੀ ਕਰੋਨਾ ਦੇ ਲੱਛਣ ਪਾਏ ਜਾਂਦੇ ਹਨ ਉਸਦਾ ਵੀ ਟੈਸਟ ਕੀਤਾ ਜਾਵੇਗਾ। ਸਾਂਝੂ ਅੱਜ ਹਲੇ ਹੁਣੀ ਇਨਫੋਰਮੇਸ਼ਨ ਮਿਲੀ ਹੈ ਥੋੜ੍ਹੇ ਜਿਹੇ ਟਾਈਮ ਪਹਿਲਾਂ, ਨੀਨਾ ਗੁਪਤਾ ਵਾਈਫ ਆਫ ਰਕੇਸ਼ ਕੁਮਾਰ ਦਾ ਪੋਜ਼ਿਟਿਵ ਕਰੋਨਾ ਪੋਜ਼ਿਟਿਵ ਆਇਆ। ਉਹਨੂੰ ਹੁਣ ਜਲੰਧਰ ਲਈ ਮੈਰੀਟੋਰੀਅਸ ਸਕੂਲ ਲਈ ਅਸੀਂ ਸ਼ਿਫਟ ਕਰਨ ਲੱਗੇ। ਇਹਨਾਂ ਦੇ ਕਿੱਥੇ ਟੈਸਟ ਹੋਇਆ ਜੀ, ਕਿੱਦਾਂ ਟਰੈਵਲ ਹਿਸਟਰੀ ਵਗੈਰਾ ਕੋਈ ਹੈਗੀ? ਇਹ ਨਹੀਂ ਹਲੇ, ਹੁਣ ਬਾਅਦ ਜਾ ਕੇ ਪਤਾ ਲੱਗੂਗਾ। ਕਿੱਥੇ ਟੈਸਟ? ਸ਼ਾਇਦ ਫਲੋਰ ਹੋਇਆ ਹੋਵੇ। ਫਲੋਰ ਹੋਇਆ ਜੀ। ਕਿੰਨੇ ਕੇ ਏਜ ਇਹਨਾਂ? ਇਹ 33-34 ਸਾਲੀ ਹੋ ਸਕਦੀ। ਅਤੇ ਬਾਕੀ ਪਰਿਵਾਰਕ ਮੈਂਬਰ ਇਹਨਾਂ ਦੇ, ਉਹਨਾਂ ਦੇ ਟੈਸਟ ਵਗੈਰਾ ਹੋਏ ਆ ਜਾਂ ਹੋਏ? ਉਹਨਾਂ ਦੇ ਹਸਬੈਂਡ ਦਾ ਟੈਸਟ ਹੋਇਆ। ਅਤੇ ਉਹਨਾਂ ਦੀ ਰਿਪੋਰਟ? ਉਹ ਰਿਪੋਰਟ ਹਲੇ ਆਈ ਨਹੀਂ, ਸ਼ਾਇਦ ਨੈਗੇਟਿਵ ਜੋ ਆਈ ਤਾਂ ਪਤਾ ਲੱਗ। ਠੀਕ ਹੈ, ਬਾਕੀ ਪਰਿਵਾਰਕ ਮੈਂਬਰਾਂ ਦੀ ਹੋਊਗੀ? ਹੋਊਗੀ ਟੈਸਟ ਸਾਰਿਆਂ ਦੀ। ਬਾਕੀ ਜਿਹੜਾ ਮਹੱਲਾ ਹੈ ਇਹਨਾਂ ਦਾ ਜੀ, ਉਹਨਾਂ ਦੇ ਜਿਹੜਾ ਕਿਸੇ ਨਾ ਲੱਛਣ ਜਿਹੜੇ ਕਿਸੇ ਵਿੱਚ ਆਉਂਦੇ ਹੋਣਗੇ ਤਾਂ ਜ਼ਰੂਰ ਉਹਦੇ ਟੈਸਟ ਕਰਵਾਏ ਜਾਣਗੇ ਅਤੇ ਸਰਵੇ ਕਰਵਾਇਆ ਜਾਵੇਗਾ।